ஃபலம்மா பலகமாஹு சாய காலயா புனைய இன்னி இன்னி அராஃபில் மனாமி அன்னி அல்பஹுக ஃபன்ஸுர் மாஸா தரா காலயா அபதி ஃபல் மா துஹ்மர் சதஜிதுனி இன்ஷா அல்லாஹு மினஸ் ஸாபிரீன். சபையின் முஹ்தரம், யகீனன் அஜ்தா ஏ ஹுத்பாய் ஜுமா சால் தே சாரே ஹுத்பாத் நாலோ ஜியாதா அஹம் ஔர் ஜியாதா ஃபஜீலத் வாலா, ஹத்தா கே ரமஜானுல் முபாரக் தே ஜுமியா நாலோ பி ஜியாதா அஜ்ரோ சவாப் ஔர் ஜியாதா ஃபஜீலத் அஜ தே இஸ் ஹுத்பாய் ஜுமா நோ ஹாசில். இஸ்லாம் தே பஹோத் படே அஹம் புனியாதி ருக்ன் நோ அதா கர்ன வாஸ்தே இலாக்கே முக்தலிஃப், முலக் முக்தலிஃப், ஜுபானா முக்தலிஃப், ரங்கோ நஸல் முக்தலிஃப், லேக்கன் ஓ சாரே அல்லாஹ் தே ஹுக்ம் தே இக் ஜைசா லிபாஸ் பஹன் கே இக் இலாக்கே தே இக் மைதானே மினா தே அந்தர் இக் ஜைசா போல் போல் தே நஜர் ஆ ரஹே நே லப்பைக் அல்லாஹும்மா லப்பைக். பூரி துனியா தோ அஜ் மினா தே மைதான் அந்தர் அல்லாஹ் தி தௌஹீத் தே பரவானே, அல்லாஹ் தி தௌஹீத் தா அமலி இஜ்ஹார் கர்தியா ஹோயா, இஸ்லாம் தா அஹம் தரீன் ருக்ன் ஹஜ் தி அதாயகி வாஸ்தே மைதானே மினா அந்தர் பஹன்ச் கயே நே, ஔர் அல்லாஹ் தி தௌஹீத், அல்லாஹ் தா ஜிக்ர், அல்லாஹ் தி தஹ்லீல், லா இலாஹா இல்லல்லாஹ் தே தரானே, சுப்ஹான் அல்லாஹ் தே தரானே, அல்ஹம்துலில்லாஹ் தே தரானே, அல்லாஹு அக்பர் தே தரானே கூஞ்ச ரஹே நே. இஸ் லிஹாஸ் நால் பி அஜ் தா தின் படா அஹம் ஹை, துஆ ஃபர்மாஓ ஜித்னே பி அஹ்லே ஈமான் ஹஜ் வாஸ்தே மைதானே மினா பஹன்ச் கயே நே, அப்னே அல்லாஹ் தே கோலோ அப்னே குனாஹான் தி மாஃபி மங்கன் வாஸ்தே ஔர் பூரே ஆலமே இஸ்லாம் தி கைர் மங்கன் வாஸ்தே, அல்லாஹ் உன்ன சாரியான் தா ஹஜ் அப்னி ரஹ்மத் நால் ஷர்ஃபே கபூலியத் தே நால் ஹம் கே நார் ஃபர்மாயே. அல்லாஹ் உன்ன நூ ஹர் கிஸ்ம் தியா தக்லீஃபா முசீபதா பரேஷானியா தோ பச்சா கே, அல்லாஹ் உன்ன தியா துஆவா பி கபூல் ஃபர்மாயே, ஜோ துஆவா பூரி உம்மத் வாஸ்தே ஹாஜி மங்கன், அல்லாஹ் ஓ சாரி உம்மத் நூ கைர் அதா ஃபர்மாயே, ஜிஸ் ஷர் தோ பனா மங்கன், அல்லாஹ் ஓ சாரி உம்மத் நூ ஓ ஷர் கோலோ மஹ்ஃபூஸ் ஃபர்மாயே. ਇਨਾ ਦਿਨਾਂ ਅੰਦਰ ਚੂਕੇ ਹਰ ਮੁਸਲਮਾਨ ਦੇ ਘਰ ਅੰਦਰ ਛੋਟੇ ਬੜੇ ਦੀ ਜ਼ੁਬਾਨ ਤੇ ਕੁਰਬਾਨੀ ਕੁਰਬਾਨੀ ਦਾ ਜ਼ਿਕਰ ਹੈ, ਤੋ ਕੁਰਬਾਨੀ ਸਿਰਫ ਇਹਦਾ ਨਾਮ ਨਹੀਂ ਕਿ 60,000 70,000 80,000 ਲੱਖ 2 ਲੱਖ 4 ਲੱਖ 10 ਲੱਖ ਲਗਾ ਕੇ ਜਾਨਵਰ ਨੂੰ ਖਰੀਦਿਆ ਜਾਏ, ਫਿਰ ਉਹਦੀ ਖਿਦਮਤ ਕੀਤੀ ਜਾਏ, ਫਿਰ 10 ਜ਼ੁਲਹਜ ਨੂੰ ਉਹਦੇ ਗਲੇ ਤੇ ਛੁਰੀ ਚਲਾ ਦਿੱਤੀ ਜਾਏ, ਉਹਦਾ ਗੋਸ਼ਤ ਖਾ ਲਿਆ ਜਾਏ, ਤਕਸੀਮ ਕਰ ਲਿਆ ਜਾਏ. ਕੁਰਬਾਨੀ ਸਿਰਫ ਇਸ ਚੀਜ਼ ਦਾ ਨਾਮ ਨਹੀਂ ਬਲਕਿ ਕੁਰਬਾਨੀ ਦਾ ਮਾਨਾ ਕੀ ਹੈ? ਕੁਰਬਾਨੀ ਕੁਰਬ ਦੇ ਵਿੱਚੋਂ ਮੁਬਾਲਗੇ ਦਾ ਸੀਗਾ ਹੈ, ਮਾਨਾ ਇਹ ਵੇ ਕਿ ਐਸਾ ਔਰ ਐਸਾ ਅਮਲ ਕਿ ਜਿਹਦੇ ਨਾਲ ਇਨਸਾਨ ਅੱਲਾਹ ਦਾ ਕੁਰਬ ਤਲਾਸ਼ ਕਰੇ, ਜਿਹਦੇ ਨਾਲ ਇਨਸਾਨ ਅੱਲਾਹ ਦੇ ਬਹੁਤ ਜ਼ਿਆਦਾ ਕਰੀਬ ਹੋ ਜਾਏ. ਜਿਸ ਫੇਲ ਔਰ ਜਿਸ ਅਮਲ ਦੇ ਨਾਲ ਇਨਸਾਨ ਦਾ ਆਪਣੇ ਖਾਲਿਕੋ ਮਾਲਿਕ ਦੇ ਨਾਲ ਰਿਸ਼ਤਾ ਤਾਲੁਕ ਔਰ ਨਾਤਾ ਮਜ਼ਬੂਤ ਹੋ ਜਾਏ, ਉਹਨੂੰ ਕੁਰਬਾਨੀ ਕਿਹਾ ਜਾਂਦਾ ਹੈ, ਕਿਉਂਕਿ ਇਸ ਅਮਲ ਦੇ ਨਾਲ ਅੱਲਾਹ ਦਾ ਬਹੁਤ ਜ਼ਿਆਦਾ ਕੁਰਬ ਹਾਸਲ ਹੁੰਦਾ ਹੈ, ਅੱਲਾਹ ਨਾਲ ਇਨਸਾਨ ਦਾ ਤਾਲੁਕ ਜੁੜਦਾ ਹੈ. ਇਨਸਾਨ ਅੱਲਾਹ ਦੀ ਹੁਕਮ ਦੀ ਵਜ੍ਹਾ ਤੋਂ ਅੱਲਾਹ ਦੀ ਰਾਹ ਦੇ ਅੰਦਰ ਲੱਖਾਂ ਰੁਪਿਆ ਕਰੋੜਾਂ ਰੁਪਿਆ ਜਾਨਵਰ ਲੈ ਕੇ ਤੇ ਅੱਲਾਹ ਦੀ ਰਾਹ ਦੇ ਅੰਦਰ ਕੁਰਬਾਨ ਕਰ ਦਿੰਦਾ ਹੈ, ਇਸ ਵਾਸਤੇ ਇਹਨੂੰ ਕੁਰਬਾਨੀ ਕਿਹਾ ਜਾਂਦਾ ਹੈ. ਤੋ ਇਹ ਕੁਰਬਾਨੀ ਸਿਰਫ ਜਾਨਵਰ ਕੁਰਬਾਨ ਕਰਨ ਦਾ ਨਾਮ ਨਹੀਂ ਬਲਕਿ ਇਹਦੇ ਤੋਂ ਪਿੱਛੇ ਜਿਨ੍ਹਾਂ ਦੀ ਸੁਨਤ ਨੂੰ ਜ਼ਿੰਦਾ ਕੀਤਾ ਜਾਂਦਾ ਹੈ, ਸੈਯਦਨਾ ਜਨਾਬੇ ਇਬਰਾਹੀਮ ਅਲੈਹਿਸ ਸਲਾਤੁ ਵਸਲਾਮ, ਉਹਨਾਂ ਦੀ ਪੂਰੀ ਜ਼ਿੰਦਗੀ ਕੁਰਬਾਨੀਆਂ ਦੇ ਨਾਲ ਭਰਪੂਰ ਹੈ. ਹਰ ਉਹ ਅਮਲ ਕਰਕੇ ਦਿਖਾਇਆ ਹੈ ਜਿਹਦੇ ਨਾਲ ਅੱਲਾਹ ਦਾ ਕੁਰਬ ਮਿਲ ਜਾਏ, ਹਰ ਉਹ ਫੇਲ ਕਰਕੇ ਦਿਖਾਇਆ ਹੈ ਜਿਹਦੇ ਨਾਲ ਇਨਸਾਨ ਦਾ ਅੱਲਾਹ ਦੇ ਨਾਲ ਤਾਲੁਕ ਮਜ਼ਬੂਤ ਹੋ ਜਾਏ. 25-26 ਦੇ ਕਰੀਬ ਕੁਰਬਾਨੀਆਂ ਨੇ ਜੋ ਜਨਾਬੇ ਇਬਰਾਹੀਮ ਅਲੈਹਿਸ ਸਲਾਤੁ ਵਸਲਾਮ ਨੇ ਅੱਲਾਹ ਦੇ ਹੁਕਮ ਤੇ ਪੇਸ਼ ਕੀਤੀਆਂ ਨੇ, ਲੇਕਿਨ ਅੱਜ ਸਾਡੇ ਮੁਆਸ਼ਰੇ ਅੰਦਰ ਉਹਨਾਂ ਸਾਰੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਇੱਕ ਸ਼ੇਕ ਔਰ ਇੱਕ ਕੁਰਬਾਨੀ ਤੇ ਅਮਲ ਕੀਤਾ ਜਾ ਰਿਹਾ ਹੈ, ਔਰ ਜਿਹੜੇ ਅਮਲ ਕਰ ਰਹੇ ਨੇ ਉਹ ਵੀ ਥੋੜੇ ਅਪਰਾਧ ਨੇ. ਜ਼ਿਆਦਾਤਰ ਅਪਰਾਧ ਸਾਡੇ ਮੁਆਸ਼ਰੇ ਦੇ ਅੰਦਰ ਐਸੇ ਮੁਲਹਿਦ ਪੈਦਾ ਹੋ ਗਏ, ਐਸੇ ਬੇਦੀਨ ਪੈਦਾ ਹੋ ਗਏ, ਦੀਨ ਦੁਸ਼ਮਣ ਪੈਦਾ ਹੋ ਗਏ, ਜਿਨ੍ਹਾਂ ਇਸ ਕੁਰਬਾਨੀ ਦੇ ਅਮਲ ਦੇ ਖਿਲਾਫ ਵੀ ਬਹੁਤ ਜ਼ਿਆਦਾ ਤਹਿਰੀਕਾਂ ਚਲਾਈਆਂ, ਬੜੀ ਮੁਹਿੰਮ ਚਲਾਈ. ਕਿਸੇ ਨੇ ਕਿਸੇ ਅੰਦਾਜ਼ ਨਾਲ, ਕਿਸੇ ਨੇ ਕਿਸੇ ਅੰਦਾਜ਼ ਨਾਲ, ਕੋਈ ਕਹਿੰਦਾ ਨਜ਼ਰ ਆਉਂਦਾ ਹੈ ਜੀ ਇੰਨੇ ਪੈਸੇ ਲਾਉਣ ਦੀ ਕੀ ਲੋੜ ਹੈ, ਬਸ ਕੋਈ ਇੱਕ ਅੱਧਾ ਜਾਨਵਰ ਮਾਰਾ ਜਿਹਾ ਕਰ ਦਿਓ, ਬਾਕੀ ਗਰੀਬਾਂ ਅੰਦਰ ਪੈਸਾ ਵੰਡਣਾ ਚਾਹੀਦਾ ਹੈ. ਅਜੀਬ ਬਾਤ ਹੈ, ਕਿਆ ਕੁਰਬਾਨੀ ਦੇ ਨਾਲ ਗਰੀਬਾਂ ਦਾ ਨੁਕਸਾਨ ਹੋਣਾ? ਇਹ ਤੇ ਹੈ ਹੀ ਗਰੀਬਾਂ ਵਾਸਤੇ ਵੇ. ਅੱਛਾ, ਜਿਹੜੀ ਚੀਜ਼ ਹੈ ਹੀ ਗਰੀਬਾਂ ਵਾਸਤੇ ਵੇ, ਇਹ ਬੇਦੀਨ ਔਰ ਜਿਨੇ ਆਪਣੇ ਲਿਬਾਦਾ ਓੜਿਆ ਮੁਲਹਿਦ ਕਿਸਮ ਦੇ ਲੋਕ, ਉਹੀ ਚੀਜ਼ ਤੇ ਹਮਲਾ ਕਰਕੇ ਅਸਲ ਗਰੀਬ ਦੇ ਦੁਸ਼ਮਣ ਹੀ ਇਹ ਨੇ. ਵਗਰਨਾ ਅਗਰ ਦੀ ਗਰੀਬ ਦੇ ਦੁਸ਼ਮਣ ਨਾ ਹੁੰਦੇ
ਤੇ ਬਾਕੀ ਚੀਜ਼ਾਂ ਅੰਦਰ ਮੁਹਿੰਮ ਚਲਾਉਂਦੇ। ਇਹ ਕੋਈ ਨਹੀਂ ਕਹਿੰਦਾ ਨਜ਼ਰ ਆਉਂਦਾ ਜੀ ਸ਼ਾਦੀਆਂ ਤੇ ਇੰਨੇ ਰਸਮੋ ਰਿਵਾਜ ਨਾ ਕਰੋ, ਗਰੀਬ ਮਰਦਾ। ਇਹ ਕੋਈ ਨਹੀਂ ਕਹਿੰਦਾ ਨਜ਼ਰ ਆਉਂਦਾ ਮੰਗਣੀ ਤੇ ਇੰਨੇ ਪੈਸੇ ਖਰਚ ਨਾ ਕਰੋ, ਗਰੀਬ ਮੁਸ਼ਕਿਲ ਅੰਦਰ ਆਉਂਦਾ, ਗਰੀਬ ਦਾ ਜੀਣਾ ਹਰਾਮ ਹੁੰਦਾ। ਇਹ ਕੋਈ ਨਹੀਂ ਕਹਿੰਦਾ ਨਜ਼ਰ ਆਉਂਦਾ ਜੀ ਵਫਾਤ ਦੇ ਮੌਕੇ ਤੇ ਇਸ ਕਦਰ ਰਸਮੋ ਰਿਵਾਜ, ਕੁੱਲ ਤੀਜੇ ਚਾਰੀਏ ਸਾਦੇ ਤਰ੍ਹਾਂ ਤਰ੍ਹਾਂ ਦੇ ਖਾਣੇ, ਫਿਰ ਵੱਡਾ ਸੱਟੇ ਦੇ ਮੁਕਾਬਲੇ ਅੰਦਰ ਆ ਕੇ ਐਸੇ ਐਸੇ ਆਲਾ ਖਾਣੇ ਨਾ ਤਿਆਰ ਕਰੋ, ਇਹਨਾਂ ਰਸਮਾਂ ਦੀ ਮੁਖਾਲਫਤ ਕਰੋ। ਇਹਦੇ ਅੰਦਰ ਗਰੀਬ ਮਰਦਾ ਨਜ਼ਰ ਆਉਂਦਾ ਜਿਹਦੇ ਅੰਦਰ ਗਰੀਬ ਦਾ ਫਾਇਦਾ ਹੈ, ਔਰ ਜਿਹੜਾ ਹੈ ਹੀ ਗਰੀਬਾਂ ਵਾਸਤੇ ਵੇ ਕਿ ਗਰੀਬ ਨੂੰ ਸਾਰਾ ਸਾਲ ਸ਼ਾਇਦ ਗੋਸ਼ਤ ਖਾਣਾ ਨਸੀਬ ਨਾ ਹੋਏ। ਤੂੰ ਤਾਕਤਵਰ ਹੈ, ਅੱਲਾ ਨੇ ਮਾਲ ਦਿੱਤਾ, ਅੱਲਾ ਨੇ ਤੈਨੂੰ ਗਨੀ ਕੀਤਾ, ਬਿਹਤਰੀਨ ਤਾਕਤਵਰ ਤਵਾਨਾ ਜਾਨਵਰ ਖਰੀਦ ਕੇ ਉਹਨੂੰ ਜ਼ਬਾ ਕਰਕੇ ਗਰੀਬ ਨੂੰ ਆਲਾ ਕਿਸਮ ਦਾ ਗੋਸ਼ਤ ਖਿਲਾ ਜਿਹਦੇ ਅੰਦਰ ਗਰੀਬ ਦਾ ਫਾਇਦਾ ਹੈ, ਉਹਦੇ ਅੰਦਰ ਜਾਨੀ ਹਮਦਰਦ ਗਰੀਬ ਦੇ ਬਣ ਕੇ ਜੀ ਗਰੀਬਾਂ ਅੰਦਰ ਵੈਸੇ ਪੈਸੇ ਤਕਸੀਮ ਕਰਨੇ ਚਾਹੀਦੇ। ਕੈਸੀ ਜਹਾਲਤ ਵਾਲੀ ਬਾਤ, ਔਰ ਇਸ ਕਦਰ ਜ਼ਹਿਰੀਲਾ ਜੁਮਲਾ। ਚਲੋ ਮੈਨੂੰ ਕੋਈ ਕਹਿ ਕੇ ਮੇਰਾ ਦਿਲ ਦੁਖਾ ਸਕਦਾ, ਤੁਹਾਨੂੰ ਕੋਈ ਕਹਿ ਕੇ ਤੁਹਾਡਾ ਦਿਲ ਦੁਖਾ ਸਕਦਾ, ਲੇਕਿਨ ਇਹ ਸਿਰਫ ਸਾਡਾ ਅਹਿਲੇ ਇਮਾਨ ਦਾ ਹੀ ਦਿਲ ਨਹੀਂ ਦੁਖਾ ਰਿਹਾ, ਇਹ ਇਤਨਾ ਜ਼ਹਿਰ ਵਾਲਾ ਜੁਮਲਾ ਬੋਲ ਰਿਹਾ। ਨਬੀ ਅਲੈਹਿ ਸਲਾਤੁ ਵਸਲਾਮ ਦੇ ਹਾਲਾਤ ਕੈਸੇ ਸਨ, ਮਦੀਨੇ ਦੇ ਹਾਲਾਤ ਕੈਸੇ ਸਨ, ਸਿਹਾਬਾ ਦੀ ਜ਼ਿੰਦਗੀ ਪੜੋ। ਇੱਕ ਸਿਹਾਬੀ ਆਏ, ਸਹੀ ਉਲ ਬੁਖਾਰੀ ਦੀ ਹਦੀਸ, ਅੱਲਾਹ ਦੇ ਨਬੀ ਮੇਰੀ ਸ਼ਾਦੀ ਕਰਵਾ ਦਿਓ। ਫਰਮਾਇਆ ਹਾਕਮਾਰ ਵਾਸਤੇ ਕਿਹੜੀ ਚੀਜ਼ ਹੈ? ਅੱਲਾਹ ਦੇ ਨਬੀ ਘਰ ਕੋਈ ਚੀਜ਼ ਨਹੀਂ। ਫਰਮਾਇਆ ਜਾ ਲੋਹੇ ਦੀ ਅੰਗੂਠੀ ਲੱਭ ਲਿਆ। ਅੱਲਾਹ ਦੇ ਨਬੀ ਜੀ ਘਰ ਤੇ ਲੋਹੇ ਦੀ ਅੰਗੂਠੀ ਵੀ ਨਹੀਂ। ਫਰਮਾਇਆ ਚਲੋ ਠੀਕ ਹੈ, ਕੁਰਾਨ ਯਾਦ ਹੀ ਮੈਂ ਨਿਕਾਹ ਕਰ ਦੇਣਾ, ਕੁਰਾਨ ਹੀ ਇਹਨੂੰ ਯਾਦ ਕਰਵਾ ਦੇ, ਇਹੋ ਹੀ ਤੇਰਾ ਹੱਕ ਮਾਹਰ ਹੈ। ਕਿਤਨੀ ਗੁਰਬਤ ਹੈ, ਘਰ ਅੰਦਰ ਲੋਹੇ ਦੀ ਇੱਕ ਅੰਗੂਠੀ ਵੀ ਨਹੀਂ। ਪਰ ਮੇਰੇ ਪੈਗੰਬਰ ਅਲੈਹਿ ਸਲਾਮ ਨੇ ਹਰ ਈਦ ਦੇ ਮੌਕੇ ਤੇ ਜਾਨਵਰ ਕੁਰਬਾਨ ਕੀਤੇ ਨੇ। ਇਹ ਨਹੀਂ ਆਖਿਆ ਕਿ ਮੈਂ ਇਹ ਪੈਸੇ ਉਸ ਗਰੀਬ ਨੂੰ ਦੇ ਦਿਆਂ, ਚਲੋ ਉਹਦਾ ਕੋਈ ਚੁੱਲ੍ਹਾ ਚੱਲ ਜਾਏ। ਕਿਉਂ? ਈਦ ਉਲ ਅਜ਼ਹਾ ਦੇ ਮੌਕੇ ਤੇ ਜਾਨਵਰ ਕੁਰਬਾਨ ਕਰਨਾ, ਇਹ ਅਸਲ ਗਰੀਬ ਦੀ ਹਮਦਰਦੀ ਹੈ। ਹੁਣ ਜ਼ਰਾ ਗੌਰ ਕਰ, ਇਹ ਜੁਮਲਾ ਕਹਿਣ ਵਾਲਿਆ, ਤੇਰੇ ਇਸ ਜੁਮਲੇ ਦੀ ਜ਼ਾਤ ਅੰਦਰ ਅੱਲਾਹ ਦੇ ਪਾਕ ਪੈਗੰਬਰ ਅਲੈਹਿ ਸਲਾਮ ਵੀ ਮਹਿਫੂਜ਼ ਨਹੀਂ ਹੈ। ਕੀ ਦੱਸਣਾ ਚਾਹੁੰਦਾ ਕਿ ਨਬੀ ਅਲੈਹਿ ਸਲਾਮ ਨੂੰ ਵੀ ਗਰੀਬਾਂ ਨਾਲ ਹਮਦਰਦੀ ਨਹੀਂ ਸੀ? ਆਪ ਨੂੰ ਗਰੀਬਾਂ ਨਾਲ ਪਿਆਰ ਨਹੀਂ ਸੀ? ਆਪਨੇ ਪੈਸੇ ਜ਼ਾਇਆ ਕੀਤੇ ਮਾਜ਼ ਅੱਲਾ, ਇਹਨੇ ਜਾਨਵਰਾਂ ਨੂੰ ਆਪਨੇ ਕੁਰਬਾਨ ਕਰ ਦਿੱਤਾ? ਫਿਰ ਦੂਸਰਾ ਵਾਕਿਆ, ਕਿਤਨੇ ਸਿਹਾਬਾ ਐਸੇ ਮੈਦਾਨੇ ਉਹਦ ਅੰਦਰ ਸ਼ਹੀਦ ਹੋ ਗਏ ਤੇ ਉਹਨਾਂ ਨੂੰ ਕਫਨ ਦੇਣ ਵਾਸਤੇ ਵੀ ਉਹਨਾਂ ਕੋਲ ਚਾਦਰਾਂ ਮੌਜੂਦ ਨਹੀਂ ਸਨ। ਸਹੀਹ ਬੁਖਾਰੀ ਅੰਦਰ ਰਿਵਾਇਤ ਮੌਜੂਦ ਹੈ, ਹਜ਼ਰਤ ਅਬਦੁਰਰਹਮਾਨ ਬਿਨ ਔਫ ਬਿਆਨ ਕਰਦੇ ਨੇ, ਕੁਤਿਲਾ ਮੁਸਅਬ ਬਿਨ ਉਮੈਰ ਵਹੁਆ ਖੈਰੁ ਮਿਨੀ, ਮੁਸਅਬ ਬਿਨ ਉਮੈਰ ਉਹਦ ਦੇ ਮੈਦਾਨ ਅੰਦਰ ਸ਼ਹੀਦ ਹੋ ਗਏ। ਹਾਲਾਤ ਕਿਤਨੇ ਮਾੜੇ ਸਨ ਕਿ ਉਹਨਾਂ ਦੇ ਕੋਲ ਕਫਨ ਵਾਸਤੇ ਚਾਦਰਾਂ ਵੀ ਨਹੀਂ ਸਨ। ਜਿਹੜੀ ਚਾਦਰ ਉਹਨਾਂ ਜ਼ੇਬ ਤਨ ਕੀਤੀ ਸੀ, ਉਹ ਹੀ ਚਾਦਰ ਅੰਦਰ ਕਫਨ ਦੇ ਦਿੱਤਾ, ਔਰ ਉਹ ਵੀ ਇਤਨੀ ਪੂਰੀ ਨਹੀਂ ਸੀ। ਪੈਰ ਢੱਕਦੇ ਸਨ ਤੇ ਸਿਰ ਨੰਗਾ ਹੋ ਜਾਂਦਾ ਸੀ, ਸਿਰ ਕੱਜਦੇ ਸਨ ਤੇ ਪੈਰ ਨੰਗੇ ਹੋ ਜਾਂਦੇ ਸਨ। ਇਤਨੀ ਗੁਰਬਤ ਦੇ ਬਾਵਜੂਦ ਮੇਰੇ ਪੈਗੰਬਰ ਅਲੈਹਿ ਸਲਾਮ ਸਿਰਫ ਈਦ ਦੇ ਮੌਕੇ ਤੇ ਕੁਰਬਾਨੀ ਨਹੀਂ, ਬਲਕਿ ਸਾਲ ਦੇ ਦੌਰਾਨ ਆਪ ਨਵਲੀ ਕੁਰਬਾਨੀਆਂ ਇਤਨੀ ਕਰਦੇ। ਸਹੀਹ ਬੁਖਾਰੀ ਅੰਦਰ ਮੁਤਅੱਦਦ ਰਿਵਾਇਤ ਮੌਜੂਦ ਨੇ ਕਿ ਜਿਹੜਾ ਵੀ ਉਮਰੇ ਵਾਸਤੇ ਮਦੀਨਾ ਮੁਨੱਵਰਾ ਤੋਂ ਰਵਾਨਾ ਹੁੰਦਾ, ਨਬੀ ਅਲੈਹਿ ਸਲਾਮ ਬਕਾਇਦਾ ਉਹਨੂੰ ਕੁਰਬਾਨੀਆਂ ਦੇ ਕੇ, ਊਂਟ ਦੇ ਕੇ ਰਵਾਨਾ ਕਰਦੇ ਕਿ ਮੇਰੀ ਤਰਫੋਂ ਮੱਕੇ ਅੰਦਰ ਜਾ ਕੇ ਅੱਲਾਹ ਦੇ ਨਾਮ ਤੇ ਜਾਨਵਰ ਕੁਰਬਾਨ ਕਰ ਦੇ। ਇਤਨੇ ਹਾਲਾਤ ਮਾਰੇ, ਇਤਨੇ ਗਰੀਬ ਮਾਰੇ, ਇਤਨੇ ਹਾਲਾਤ ਮਦੀਨੇ ਦੇ, ਲੇਕਿਨ ਆਪਨੇ ਕੁਰਬਾਨੀਆਂ ਹੀ ਕੀਤੀਆਂ ਨੇ। ਤੋ ਇਹ ਬੜਾ ਜ਼ਹਿਰੀਲਾ ਜੁਮਲਾ ਹੈ ਜਿਹਦੇ ਅੰਦਰ ਨਬੀ ਅਲੈਹਿ ਸਲਾਤੁ ਵਸਲਾਮ ਨੂੰ ਵੀ ਮਾਫ ਨਹੀਂ ਕੀਤਾ ਗਿਆ, ਲਿਹਾਜ਼ਾ ਕੁਰਬਾਨੀ ਬੜਾ ਅਜ਼ੀਮ ਅਮਲ ਹੈ। ਔਰ ਇਹੋ ਹੀ ਵਜ੍ਹਾ ਇਸ ਕੁਰਬਾਨੀ ਦੀਗਰ ਕੁਰਬਾਨੀਆਂ ਦਾ ਰਾਹ ਖੋਲਦੀ ਹੈ। ਅੱਲਾਹ ਦਾ ਕੁਰਬ ਤਲਾਸ਼ ਕਰਨ ਵਾਸਤੇ ਇਨਸਾਨ ਬੜੀਆਂ ਬੜੀਆਂ ਕੁਰਬਾਨੀਆਂ ਪੇਸ਼ ਕਰਦਾ, ਜਿਨ੍ਹਾਂ ਦੀ ਸੁਨਤ ਨੂੰ ਜ਼ਿੰਦਾ ਕੀਤਾ ਗਿਆ ਕਿ ਸੰਦਾਜ਼ ਨਾਲ ਉਹ ਕੁਰਬਾਨੀ ਕਰਿਆ ਕਰਦੇ। ਅੱਲਾਹ ਦੇ ਹੁਕਮ ਤੇ ਉਹਨਾਂ ਕਿੰਨੀਆਂ ਕੁਰਬਾਨੀਆਂ ਪੇਸ਼ ਕੀਤੀਆਂ। ਸੁਣਦੇ ਆਏ ਹੋ ਨਾ, ਤੌਹੀਦ ਦਾ ਵਾਅਦ ਬਾਪ ਨੂੰ ਕੀਤਾ ਹੈ, ਬਾਪ ਨੇ ਘਰੋਂ ਕਰ ਦਿੱਤਾ ਹੈ। ਮੇਰੇ ਇਬਰਾਹੀਮ ਦੀ ਸਭ ਤੋਂ ਪਹਿਲੀ ਕੁਰਬਾਨੀ ਆਪਣੇ ਬਾਪ ਦਾ ਘਰ ਛੱਡਣਾ, ਔਰ ਇਹ ਸੌਖਾ ਕੰਮ ਨਹੀਂ। ਬਣੀ ਬਣਾਈ ਛੱਤ ਛੋੜ ਦੇਣਾ ਅੱਲਾਹ ਦੀ ਤੌਹੀਦ ਦੀ ਖਾਤਰ, ਬਾਪ ਦਾ ਸਾਇਆ ਬਾਪ ਦੇ ਹੁੰਦਿਆਂ ਇਨਸਾਨ ਯਤੀਮਾਂ ਵਾਲੀ ਜ਼ਿੰਦਗੀ ਗੁਜ਼ਾਰੇ, ਇਹਦੇ ਨਾਲੋਂ ਬੜੀ ਕੁਰਬਾਨੀ ਕੀ ਹੈ? ਮੇਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਯਤੀਮ ਪੈਦਾ ਹੋਏ, ਬਾਪ ਸਿਰ ਤੇ ਮੌਜੂਦ ਨਹੀਂ, ਆਪਨੇ ਬਾਪ ਦੇ ਸਾਇਆ ਸ਼ਫਕਤ ਦੇ ਉੱਠਣ ਦੀ ਕੁਰਬਾਨੀ ਪੂਰੀ ਜ਼ਿੰਦਗੀ ਦਿੱਤੀ ਹੈ। ਕਿਸ ਕਦਰ ਕੁਰਬਾਨੀਆਂ! ਫਿਰ ਕੌਮ ਬਰਾਦਰੀ ਖੂਨੀ ਰਿਸ਼ਤੇਦਾਰ ਸਾਰਿਆਂ ਨੂੰ ਛੋੜਿਆ, ਕਿਸੇ ਦੀ ਪਰਵਾਹ ਨਹੀਂ ਕੀਤੀ, ਸਾਰਿਆਂ ਦੀ ਮੁਖਾਲਫਤ ਮੋਲ ਨਹੀਂ ਲਈ, ਸਾਰਿਆਂ ਨੇ ਪੱਥਰ ਮਾਰੇ, ਸਾਰਿਆਂ ਨੇ ਤਾਂਹਨੇ ਦਿੱਤੇ। ਮੇਰੇ ਪੈਗੰਬਰ ਅਲੈਹਿ ਸਲਾਮ ਨੇ ਵੀ ਇਹ ਕੁਰਬਾਨੀਆਂ ਜਨਾਬ ਇਬਰਾਹੀਮ ਅਲੈਹਿ ਸਲਾਮ ਦੀ ਤਰ੍ਹਾਂ ਪੇਸ਼ ਕੀਤੀਆਂ ਨੇ। ਆਪਣੇ ਹੀ ਦੁਸ਼ਮਣ ਸਨ, ਆਪਣੇ ਹੀ ਮੁਖਾਲਿਫ ਸਨ, ਆਪਣੇ ਹੀ ਮਾਜ਼ ਅੱਲਾ ਮੁਜ਼ੰਮਮ ਆਂਦੇ ਸਨ। ਕਦੀ ਕਿਸੇ ਅੰਦਾਜ਼ ਨਾਲ ਤਾਂਹਨੇ ਮਾਰਦੇ, ਕਦੀ ਮਜਨੂਨ ਆਂਦੇ, ਕਦੀ ਮਾਜ਼ ਅੱਲਾ ਦੀਵਾਨਾ ਕਹਿੰਦੇ, ਕਦੀ ਮਾਜ਼ ਅੱਲਾ ਕਜ਼ਾਬ ਕਹਿੰਦੇ, ਕਦੀ ਮਾਜ਼ ਅੱਲਾ ਸਾਹਿਰ ਕਹਿੰਦੇ। ਇਹ ਸਾਰੇ ਜੁਮਲੇ ਬੋਲ ਕੇ ਆਪਣੇ ਹੀ ਤਕਲੀਫ ਦਿੰਦੇ। ਮੇਰੇ ਪੈਗੰਬਰ ਨੇ ਕੁਰਬਾਨੀ ਕੈਸੀ ਪੇਸ਼ ਕੀਤੀ ਹੈ, ਇਹਨਾਂ ਸਾਰੇ ਜੁਮਲਿਆਂ ਦੀ ਪਰਵਾਹ ਨਹੀਂ ਕੀਤੀ, ਅੱਲਾਹ ਦੀ ਤੌਹੀਦ ਨੂੰ ਡੰਕੇ ਦੀ ਚੋੜ ਬਿਆਨ। ਫਿਰ ਇਲਾਕੇ ਦੇ ਰਸਮੋ ਰਿਵਾਜ, ਇਲਾਕੇ ਦੀਆਂ ਬਿਦਅਤਾਂ, ਇਲਾਕੇ ਦੇ ਮੇਲੇ, ਇਲਾਕੇ ਦੇ ਇਸ ਕਿਸਮ ਦੇ ਅੰਦਾਜ਼, ਖੇਲ ਤਮਾਸ਼ੇ, ਜਨਾਬ ਇਬਰਾਹੀਮ ਅਲੈਹਿ ਸਲਾਮ ਕਿਸੇ ਮੇਲੇ ਅੰਦਰ ਸ਼ਿਰਕਤ ਨਹੀਂ ਕੀਤੀ। ਬੁੱਤ ਭੰਨਣ ਵਾਲਾ ਵਾਕਿਆ ਤੁਸੀਂ ਗੁਜ਼ਸ਼ਤਾ ਖੁਤਬਾ ਜੁਮਾ ਅੰਦਰ ਸਮਾਤ ਫਰਮਾ ਚੁੱਕੇ ਹੋ। ਕੀ ਫਰਮਾਇਆ ਜਨਾਬ ਇਬਰਾਹੀਮ ਨੇ? ਇੰਨੀ ਸ਼ਕੀਮ, ਮੈਂ ਬਿਮਾਰ ਹਾਂ, ਮੈਂ ਮੇਲਿਆਂ ਠੇਲਿਆਂ ਤੇ ਨਹੀਂ ਜਾਂਦਾ। ਰਸਮੋ ਰਿਵਾਜ ਦੇ ਗਲੇ ਤੇ ਛੁਰੀ ਚਲਾਉਣਾ ਇਹ ਕੋਈ ਛੋਟੀ ਕੁਰਬਾਨੀ ਤੇ ਨਹੀਂ, ਜ਼ਰਾ ਹਿੰਮਤ
ਗੱਲ ਕਰੋ ਹਾਂ ਲੋਕ ਵੇਖੋ ਕਿਹੋ ਜਿਹੇ ਤਾਨੇ ਮਾਰਦੇ ਨੇ ਜ਼ਰਾ ਕੋ ਮੁਆਸ਼ਰੇ ਅੰਦਰ ਰਸਮ ਦੇ ਬਾਰੇ ਬੋਲ ਕੇ ਵੇਖੋ ਲੋਕ ਕਿਵੇਂ ਦੇ ਫਤਵੇ ਲਾਉਂਦੇ ਨੇ ਕਿਸ ਕਿਸਮ ਦਾ ਬਾਈਕਾਟ ਕਰਦੇ ਨੇ ਉਹ ਛੱਡੋ ਜੀ ਉਹਨਾਂ ਵੱਲ ਜਾ ਕੇ ਕੀ ਕਰਨਾ ਉਹ ਤੇ ਖੁਸ਼ਕ ਹੀ ਬੜੇ ਨੇ ਇਹ ਮਾਮਲਾ ਹੈ ਉਹਨਾਂ ਦੀ ਤੇ ਸ਼ਾਦੀ ਤੇ ਫੌਤਗੀ ਦਾ ਪਤਾ ਹੀ ਨਹੀਂ ਚੱਲਦਾ ਕਿਸ ਕਦਰ ਕੁਰਬਾਨੀ ਜਨਾਬ ਇਬਰਾਹੀਮ ਅਲੈਹਿ ਸਲਾਮ ਨੇ ਦਿੱਤੀ ਹੈ ਜੇ ਜਾਨਵਰ ਕੁਰਬਾਨ ਕਰਦੇ ਹੋ ਤੇ ਮੇਰੇ ਇਬਰਾਹੀਮ ਦੀ ਇਸ ਕੁਰਬਾਨੀ ਤੇ ਵੀ ਅਮਲ ਕਰਨ ਦੀ ਕੋਸ਼ਿਸ਼ ਕਰੋ ਮੇਰੇ ਪੈਗੰਬਰ ਅਲੈਹਿ ਸਲਾਮ ਨੇ ਵੀ ਆਪਣੇ ਇਲਾਕੇ ਦੇ ਸਾਰੇ ਕਲਚਰ ਛੱਡੇ ਸਾਰੇ ਰਸਮੋ ਰਿਵਾਜ ਛੱਡੇ ਬਲਕਿ ਕੁਰਾਨ ਨੇ ਬਿਆਨ ਕੀਤਾ ਜਿਹੜੇ ਉਹਨਾਂ ਤੌਕ ਪਾਏ ਸਨ ਰਸਮੋ ਰਿਵਾਜ ਦੇ ਜਿਹੜੇ ਉਹਨਾਂ ਬੋਝ ਪਾਏ ਸਨ ਮੇਰੇ ਪੈਗੰਬਰ ਉਹ ਸਾਰੇ ਬੋਝ ਉਤਾਰਨ ਵਾਸਤੇ ਆਏ ਫਿਰ ਕੁਰਬਾਨੀ ਦਿੱਤੀ ਜਨਾਬ ਇਬਰਾਹੀਮ ਅਲੈਹਿ ਸਲਾਮ ਨੇ ਅੱਗ ਅੰਦਰ ਸੁੱਟਿਆ ਗਿਆ ਮੇਰੇ ਪੈਗੰਬਰ ਅਲੈਹਿ ਸਲਾਮ ਨੂੰ ਕਪੜਾ ਚਾੜ ਕੇ ਵੱਟ ਦਿੱਤਾ ਗਿਆ ਫਿਰ ਕੁਰਬਾਨੀ ਦਿੱਤੀ ਇਬਰਾਹੀਮ ਅਲੈਹਿ ਸਲਾਮ ਨੇ ਉਹ ਇਲਾਕਾ ਆਪਣਾ ਅਬਾਈ ਵਤਨ ਵੀ ਛੱਡ ਦਿੱਤਾ ਤੇ ਅਬਾਈ ਵਤਨ ਵੀ ਛੱਡਣਾ ਕੋਈ ਛੋਟੀ ਕੁਰਬਾਨੀ ਨਹੀਂ ਇਹੋ ਹੀ ਵਜ੍ਹਾ ਨਬੀ ਅਲੈਹਿ ਸਲਾਮ ਫਰਮਾਉਂਦੇ ਨੇ ਜਿਹੜਾ ਬੰਦਾ ਅੱਲਾ ਵਾਸਤੇ ਆਪਣਾ ਵਤਨ ਛੋੜ ਦੇਵੇ ਇਲਾਕਾ ਛੋੜ ਦੇਵੇ ਅੱਲਾ ਜ਼ਿੰਦਗੀ ਪਰਦੇ ਉਹਦੇ ਸਾਰੇ ਗੁਨਾਹ ਹੀ ਮਾਫ਼ ਕਰ ਦਿੰਦਾ ਇਤਨੀ ਬੜੀ ਬਸ਼ਾਰਤ ਬੜੇ ਕਾਰਨਾਮੇ ਔਰ ਬੜੇ ਅਮਲ ਤੇ ਹੁੰਦੀ ਹੈ ਤੋ ਨਬੀ ਅਲੈਹਿ ਸਲਾਤ ਵ ਸਲਾਮ ਨੇ ਵੀ ਇਹ ਕੁਰਬਾਨੀ ਦਿੱਤੀ ਮੱਕਾ ਜੈਸਾ ਅਜ਼ੀਮ ਸ਼ਹਿਰ ਛੱਡਿਆ ਅਬਾਈ ਇਲਾਕਾ ਵੀ ਸੀ ਫਿਰ ਬਰਕਤਾਂ ਵਾਲਾ ਸ਼ਹਿਰ ਵੀ ਸੀ ਅਮਨ ਵਾਲਾ ਸ਼ਹਿਰ ਵੀ ਸੀ ਰਹਿਮਤਾਂ ਤੇ ਫਜ਼ੀਲਤਾਂ ਦਾ ਮੰਬਾ ਇਹ ਸ਼ਹਿਰ ਆਪਨੇ ਅੱਲਾ ਦੀ ਤੋਹੀਦ ਦੀ ਖਾਤਰ ਛੋੜ ਦਿੱਤਾ ਇਹ ਕੁਰਬਾਨੀਆਂ ਪੇਸ਼ ਕੀਤੀਆਂ ਜਨਾਬ ਇਬਰਾਹੀਮ ਅਲੈਹਿ ਸਲਾਮ ਨੇ ਫਿਰ ਕੁਰਬਾਨੀ ਜਨਾਬ ਇਬਰਾਹੀਮ ਅਲੈਹਿ ਸਲਾਮ ਨੇ ਪੇਸ਼ ਕੀਤੀ ਕਿ ਦੇਰ ਤੱਕ ਅੱਲਾ ਨੇ ਔਲਾਦ ਨਹੀਂ ਦਿੱਤੀ ਤੇ ਔਲਾਦ ਦੇ ਇਮਤਿਹਾਨ ਅੰਦਰ ਫੇਲ ਨਹੀਂ ਹੋਏ ਬਲਕਿ ਆਪਣੇ ਮਾਲਕ ਦੇ ਸਾਹਮਣੇ ਝੋਲੀਆਂ ਫੈਲਾਈਆਂ ਔਰ ਦੁਆਵਾਂ ਕੀਤੀਆਂ ਰੱਬੀ ਹਬਲੀ ਮਿਨ ਸਾਲਿਹੀਨ ਅੱਲਾ ਨੇ ਇੱਕ ਸਾਲੇ ਬੇਟਾ ਅਤਾ ਕਰ ਦੇ ਅੱਲਾ ਨੇ ਇੱਕ ਸਾਲੇ ਔਲਾਦ ਅਤਾ ਕਰ ਦੇ ਹਿਜਰਤ ਕਰ ਗਏ ਨੇ ਮੁਸ਼ਕਿਲ ਤਰੀਨ ਸਫ਼ਰ ਹੈ ਕਿਤਨੀ ਬੜੀ ਕੁਰਬਾਨੀ ਹੈ ਰਸਤੇ ਅੰਦਰ ਵੀ ਕਿਤਨਾ ਖਤਰਾ ਜਨਾਬ ਇਬਰਾਹੀਮ ਅਲੈਹਿ ਸਲਾਮ ਨੂੰ ਮੋਲ ਲੈਣਾ ਪਿਆ ਐਸੇ ਇਲਾਕੇ ਚੋਂ ਗੁਜ਼ਰੇ ਨੇ ਜਿਹਦਾ ਬਾਦਸ਼ਾਹ ਬੜਾ ਜ਼ਾਲਿਮ ਹੈ ਬੜਾ ਬਦਬਖਤ ਹੈ ਅੱਲਾ ਜ਼ੁਲ ਜਲਾਲ ਨੇ ਆਪਣੀਆਂ ਰਹਿਮਤਾਂ ਦੇ ਨਾਲ ਜਨਾਬ ਸਾਰਾ ਨੂੰ ਬਚਾ ਕੇ ਦਿਖਾਇਆ ਇਸ ਤਕਲੀਫ਼ ਔਰ ਇਸ ਕੁਰਬਾਨੀ ਅੰਦਰ ਵੀ ਜਨਾਬ ਇਬਰਾਹੀਮ ਨੇ ਕਾਮਯਾਬ ਹੋ ਕੇ ਦਿਖਾਇਆ ਪੁਰ ਖਤਰ ਰਸਤਾ ਤੇ ਇਹ ਕੁਰਬਾਨੀ ਜਨਾਬ ਇਬਰਾਹੀਮ ਨੇ ਪੇਸ਼ ਕੀਤੀ ਹੈ ਮੇਰੇ ਪੈਗੰਬਰ ਅਲੈਹਿ ਸਲਾਮ ਨੇ ਇਲਾਕਾ ਛੋੜਿਆ ਗਾਰੇ ਸੌਰ ਅੰਦਰ ਜਾ ਕੇ ਪਨਾਹ ਲਈ ਹੈ ਰਸਤਾ ਬੜਾ ਪੁਰ ਖਤਰ ਹੈ ਪਿੱਛਾ ਕਰਨ ਵਾਲੇ ਗਾਰੇ ਸੌਰ ਦੇ ਮੂੰਹ ਅੰਦਰ ਆ ਗਏ ਤੇ ਮੇਰੇ ਪੈਗੰਬਰ ਫਰਮਾਉਂਦੇ ਨੇ ਲਾ ਤਹਜ਼ਨ ਇਨਲਾਹ ਮਾਨਾ ਪਿਆਰੇ ਸਿੱਦੀਕ ਪਰੇਸ਼ਾਨ ਨਾ ਹੋ ਅੱਲਾ ਸਾਡੀ ਮਦਦ ਕਰੇਗਾ ਜਿਸ ਰੱਬ ਵਾਸਤੇ ਅਸੀਂ ਕੁਰਬਾਨੀਆਂ ਦੇ ਰਹੇ ਹਾਂ ਉਹ ਰੱਬ ਸਾਡਾ ਸਾਥ ਜ਼ਰੂਰ ਦੇਵੇਗਾ ਫਿਰ ਰਸਤੇ ਅੰਦਰ ਸੁਰਾਕਾ ਬਿਨ ਮਾਲਕ ਦੇ ਹਮਲੇ ਕੋਲੋਂ ਵੀ ਬਚਾਇਆ ਜੋ ਜਨਾਬ ਇਬਰਾਹੀਮ ਤੇ ਅਜ਼ਮਾਇਸ਼ਾਂ ਆਈਆਂ ਉਹ ਮੇਰੇ ਪੈਗੰਬਰ ਅਲੈਹਿ ਸਲਾਮ ਤੇ ਵੀ ਆਈਆਂ ਜੋ ਕੁਰਬਾਨੀਆਂ ਜਨਾਬ ਇਬਰਾਹੀਮ ਨੇ ਪੇਸ਼ ਕੀਤੀਆਂ ਉਹੀ ਕੁਰਬਾਨੀਆਂ ਮੇਰੇ ਪੈਗੰਬਰ ਅਲੈਹਿ ਸਲਾਮ ਨੇ ਪੇਸ਼ ਕੀਤੀਆਂ ਤੇ ਹਿਜਰਤ ਕਰਦਿਆਂ ਜਨਾਬ ਇਬਰਾਹੀਮ ਦੁਆਵਾਂ ਕਰ ਰਹੇ ਨੇ ਅੱਲਾ ਨੇਕ ਸਾਲੇ ਔਲਾਦ ਅਤਾ ਕਰ ਦੇ ਰੱਬ ਨੇ ਬੇਟਾ ਦਿੱਤਾ ਤੇ ਫਿਰ ਇਮਤਿਹਾਨ ਆ ਗਿਆ ਫਿਰ ਕੁਰਬਾਨੀ ਦਾ ਵੇਲਾ ਆ ਗਿਆ ਰੱਬ ਨੇ ਹੁਕਮ ਜਾਰੀ ਕਰ ਦਿੱਤਾ ਇਹ ਮੇਰੇ ਨਬੀ ਇਬਰਾਹੀਮ ਆਪਣੇ ਇਸ ਦੁੱਧ ਪੀਂਦੇ ਬੱਚੇ ਨੂੰ ਤੇ ਇਹਦੀ ਮਾਂ ਉਮੇ ਇਸਮਾਇਲ ਨੂੰ ਜੰਗਲ ਵੀ ਆਬਾਨ ਅੰਦਰ ਛੋੜ ਕੇ ਆ ਜਾਓ ਵਾਦੀ ਗੈਰਾ ਜ਼ੀਜ਼ਾਰਿੰਦ ਦੇ ਅੰਦਰ ਛੋੜ ਕੇ ਆ ਜਾਓ ਜਨਾਬ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਕੁਰਬਾਨੀਆਂ ਦੇਈ ਜਾ ਰਹੇ ਨੇ ਬੀਵੀ ਦੀ ਮੁਹੱਬਤ ਦੀ ਕੁਰਬਾਨੀ ਔਲਾਦ ਦੀ ਮੁਹੱਬਤ ਦੀ ਕੁਰਬਾਨੀ ਪੇਸ਼ ਕੀਤੀ ਹੈ ਇਹ ਤੇ ਉਹੀ ਬਾਪ ਜਾਣਦਾ ਹੈ ਔਲਾਦ ਦੀ ਕੁਰਬਾਨੀ ਦੇਣਾ ਕਿਤਨਾ ਮੁਸ਼ਕਿਲ ਹੈ ਪਹਿਲੇ ਇਤਨੀ ਦੇਰ ਬੇਟਾ ਮਿਲਿਆ ਨਹੀਂ ਦੁਆਵਾਂ ਕਰ ਕਰਕੇ ਬੇਟਾ ਅੱਲਾ ਨੇ ਅਤਾ ਕੀਤਾ ਤੇ ਫਿਰ ਇਮਤਿਹਾਨ ਆ ਗਿਆ ਇਹਨੂੰ ਆਪਣੀਆਂ ਨਜ਼ਰਾਂ ਕੋਲੋਂ ਦੂਰ ਕਰ ਦਿਓ ਉਹ ਸਿਆਣੇ ਆਉਂਦੇ ਨੇ ਨਾ ਹੱਥੀਂ ਦਫ਼ਨ ਕਰ ਦਈਏ ਤੇ ਫਿਰ ਵੀ ਸਬਰ ਆ ਜਾਂਦਾ ਤੇ ਜਿਹਨੂੰ ਅੱਖਾਂ ਤੋਂ ਦੂਰ ਕਰ ਦਈਏ ਪਤਾ ਹੀ ਨਹੀਂ ਕੀ ਹਾਲਾਤ ਨੇ ਕਿਤਨੀ ਬੜੀ ਕੁਰਬਾਨੀ ਜਨਾਬ ਇਬਰਾਹੀਮ ਅਲੈਹਿ ਸਲਾਮ ਨੇ ਪੇਸ਼ ਕੀਤੀ ਹੈ ਸਿਰਫ ਗਰਦਨ ਤੇ ਛੁਰੀ ਚਲਾ ਲੈਣਾ ਤੇ ਕੁਰਬਾਨੀ ਨਹੀਂ ਜਦੋਂ ਜਾਨਵਰ ਨੂੰ ਲਟਾਉਂਦੇ ਹੋ ਇਹ ਮੰਜ਼ਰ ਵੀ ਜ਼ਰਾ ਯਾਦ ਕਰਿਆ ਕਰੋ ਤਸੱਵਰਾਤ ਦੀ ਦੁਨੀਆ ਅੰਦਰ ਇਹ ਵੇਲਾ ਵੀ ਕਦੀ ਯਾਦ ਕਰਿਆ ਕਰ ਕਿਤਨੀ ਬੜੀ ਕੁਰਬਾਨੀ ਮੇਰੇ ਖਲੀਲ ਨੇ ਦਿੱਤੀ ਹੈ ਅੱਲਾ ਦੇ ਹੁਕਮ ਤੇ ਸੀ ਨਹੀਂ ਕੀਤੀ ਆਪਣੀ ਬੀਵੀ ਨੂੰ ਤੇ ਆਪਣੇ ਦੁੱਧ ਪੀਂਦੇ ਬੱਚੇ ਨੂੰ ਜੰਗਲ ਵੀ ਆਬਾਨ ਅੰਦਰ ਜਿੱਥੇ ਅੱਜ ਬੈਤੁੱਲਾ ਬੈਤੁੱਲਾ ਦੇ ਕਰੀਬ ਜ਼ਮਜ਼ਮ ਦਾ ਚਸ਼ਮਾ ਹੈ ਉਸ ਜ਼ਮਜ਼ਮ ਦੇ ਚਸ਼ਮੇ ਦੇ ਕਰੀਬ ਉਦੋਂ ਹਾਲੀ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਆਪਣੀ ਬੀਵੀ ਨੂੰ ਛੋੜਿਆ ਆਪਣੇ ਦੁੱਧ ਪੀਂਦੇ ਬੱਚੇ ਨੂੰ ਛੋੜਿਆ ਮੈਂ ਸਹੀ ਉਲ ਬੁਖਾਰੀ ਅੰਦਰ ਪੜ੍ਹਿਆ ਇੱਕ ਮਿਸ਼ਕੀ ਦਾ ਛੋੜਿਆ ਪਾਣੀ ਦਾ ਤੇ ਨਾਲ ਇੱਕ ਥੇਲੇ ਅੰਦਰ ਥੋੜੀਆਂ ਜਿਹੀਆਂ ਖਜੂਰਾਂ ਨੇ ਉਮੇ ਇਸਮਾਇਲ ਨੂੰ ਪਕੜਾਈਆਂ ਨੇ ਉੱਥੇ ਪਕੜਾਉਂਦਿਆਂ ਸਾਰ ਫੌਰਨ ਜਨਾਬੇ ਇਬਰਾਹੀਮ ਅਲੈਹਿ
सलाम ने वापस वर मुंह कीता, वापसी वर रुख कीता ते वापस पलट जांदे ने ते उम्मे इस्माइल पीछे दौड़ लांदियां ने ते आंदियां ने या इब्राहिम अइना तज़हबु वतत्रुकुना बिहाज़ल वादी। इब्राहिम ते दसो ना किधर जा रहे हो, मैनू ते मेरे दुध पींदे बच्चे नू इस वादी अंदर छड़ के जा रहे हो, जंगल भी आबान है, ना कोई इंसान है ना कोई दूसरी चीज है। इब्राहिम किधर जा रहे हो, अइना तज़हबु, इब्राहिम सानू इत्थे छोड़ के क्यों जा रहे हो। फज़ालिका मिरारन, कई दफा ये बात दोहराई है, मेरे इब्राहिम पीछे मुड़ के भी नहीं वेंदे, जवान नाल जवाब भी नहीं देंदे, किते कुर्बानी देन अंदर अल्लाह मेरी कुर्बानी फेल ना कर देवे। इतनी फिक्र है कुर्बानी की कबूलियत दी, पीछे मुड़ के नहीं देखिया। साढ़े ते हुण माशाल्लाह वैसे ही मामला ना, और बस जी लेला कुर्बान करना, जानवर कुर्बान करना, एडी की जरूरत पई, एनिया सारा शर्तां कि वेखिए दोंदा है कि नहीं, असीं वेखिए दा कन्न कटिया कि नहीं, सिंग कटिया कि नहीं, सिंग भुरिया कि नहीं, लंगड़ा है कि नहीं, काना है कि नहीं, बीमार है कि नहीं, एदियां हड्डियां अंदर मिख है कि नहीं, इतना बूढ़ा तो नहीं हो गया कि यह बिल्कुल लागर कमजोर तो नहीं हो गया, एडिया डाडिया शर्तां असीं कुर्बानी वास्ते क्यों देतीए। पर जिन्हां दी सुन्नत ते अमल कर रहे हो, मेरे इब्राहिम ने कैसियां कुर्बानियां पेश कीतियां, बार बार उम्मे इस्माइल कह रही ने रब ने ते तुहानू ए हुक्म नहीं दिता। काला नाम जनाबे इब्राहिम अलैहि सलाम ने सर दा इशारा कीता, हां हां मैनू रब ने हुक्म दिता, वाहू में इस्माइल तुहाडे सबर तो कुर्बान जाइए, तुहाडियां कुर्बानियां तो ही कुर्बान जाइए, अल्लाह दे खलील दे हरम अंदर रह के जिवें अल्लाह दे खलील नूं कुर्बानियां देंदियां वेख्या कि दरेग नहीं करदे अल्लाह दी राह अंदर कुर्बानियां देन दे, कैसी जुर्रत ते कैसी कुर्बानी दा मुजाहरा कीता ते फौरन आंदियां ने अल्लाह दे खलील जे रब दा हुक्म है फिर परेशान ना होया जे, फिर अल्लाह सानू कदी भी जाया नहीं करेगा, रब सानू कदी भी जाया नहीं करेगा। वो कैसी कुर्बानी है, इस मौके ते हौसला देना, जेड़ी बीवी अंदर किरदार होए वो बीवी वाकई मां हाजर दा किरदार अदा कर दिए, वाकई इसार ते कुर्बानी दा उहदे अंदर जज्बा है, अल्लाह दे खलील परेशान ना होया जे, रब सानू जाया नहीं करेगा। ते अल्लाह दे खलील चलते जा रहे ने, सुम्मा राजात ते उम्मे इस्माइल वापस अपने बेटे को आ जांदियां ने जिथे अल्लाह दे खलील बिठा के गए ने, ते थोड़ी देर सनिया वादी अंदर जो जनाबे इब्राहिम पहुंचे ने महसूस किया, ना मेरी बीवी नजर आ रही है, ना मेरा बच्चा नजर आ रहा है, ना उन्होंने मैं नजर आ रहा, ते आखर अल्लाह दे खलील सन कुर्बानी देन अंदर कामयाब हो गए, ते कुर्बानी पेश करके फिर अल्लाह दी अदालत अंदर चोली फैला ली है। कोई इना शुक्री का जुमला नहीं बोलिया, अल्लाह इनिया कुर्बानियां ये हूं ते कोई इनाम आद कर दियो, हूं ते आसानियां कर दियो, हूं ते आजमाइशा खत्म कर दियो, नहीं जनाबे इब्राहिम का किरदार की है। मैं सही उल बुखारी अंदर पढ़िया, इंज किबला रुख अपना मुंह कर लिया, बैतुल्ला वाला अपना चेहरा कर लिया, वर राफा या दही अदीस बाग दे अल्फाज ने अपने हाथों नु उठा लिया, ते मालिक सामने दुआ की कर देने, रब्बाना इन्नी अस्कंतु मिन ज़ुर्रियती बिवादिन गैरी ज़ी ज़रइन इंदा बैतिकल मुहर्रम, रब्बाना लियुकीमुस्सलाता फजअल अफ़ीदतम मिनन नासी तहवी इलैहिम वारज़ुक من الثمرات لعلهم يشكرون। अल्लाह तेरे हुक्म ते मैं कुर्बानी दीती है, वादी गई अजीज आरे अंदर जंगल बियाबान अंदर अपनी बीवी ते अपने दुध पींदे बच्चे नू छोड़ आया, अल्लाह तेरे घर दे करीब तां छड़ के आया ताकि मेरी औलाद नमाजी रवे, ताकि मेरी बीवी भी नमाजा पढ़ती रवे। अल्लाह लोगां दे थिल अपने घर वल फेर दे, इस इलाके वल फेर दे, अल्लाह इन्हां नू फलां दा रिज़क अता कर दे ताकि तेरा शुक्र अदा करन। जनाबे इब्राहिम अलैहि सलाम वापस चले जांदे ने, कोई 6-7 साल 8 साल की जुदाई का वकत रहा है, फिर अल्लाह दे खलील नूं ख्वाब आ जांदा है, ते कुरान ने नक्शा खिंचिया, फरमाया फलम्मा बलगमा उसाया काला या बुनैया इन्नी अरा फिल मनामी अन्नी अज़बहुका फंज़ुर माज़ा तरा काला या अबती फल मा तुमर सताजिदुनी इंशा अल्लाह मिन साबिरी।
خلیل اللہ دے خلیل نو خواب آیا ہے میں خواب اندر اپنے بیٹے نو ذبح کر رہے ہاں اپنے بیٹے دی گردن تے چھری چلا رہے ہاں اے خواب ویکھیے تے اللہ والوں اجازت مل گئی ہے جاؤ تہاڈا بیٹا نسل بھجن دی عمر دے قابل ہو گیا ہے اپنے بیٹے نو میری راہ اندر قربان کر دیو دودھ پیندا بچہ چھوڑ کے آئے نے نسل بھجن دی عمر ہو گئی ہے اس دوران کوئی ملاقات نہیں کوئی بیٹے نال جڑا نہ تعلق نہیں کوئی رابطہ نہیں تے نسل بھجن دی عمر عموماً 7-8 سال قرآن نے کھل کے تے نہیں بیان کیتا لیکن عموماً بچے 7-8 سال دی عمر اندر نسل بھجن لگ پیندے نے کوئی 6-7 سال دی جدائی تو بعد جناب ابراہیم اپنے بیٹے نو ملن واسطے جا رہے نے تے سلفیا مسجد دے باسیا ذرا تصورات دی دنیا اندر جا کے ویکھ اج جدا باپ ملک تو باہر ہوندا ہے سعودیا چلا جائے یا دیگر کسی علاقے اندر چلا جائے سال بعد واپس آئے 2 سال بعد واپس آئے 4 سال بعد اپنے گھر واپس آئے تے اس باپ دے دل اندر اپنی اولاد واسطے کنے جذبات ہوندے نے باپ پوچھدا ہے دس میرا بیٹا تیری خواہش کی ہے کیڑا کھلونا تیرے واسطے لے کے آواں کیڑی چیز تیرے واسطے لے کے آواں واللہ دے خلیل تہاڈیاں قربانیاں دی انتہا ہے ایویں تے رب نے سلام نہیں نہ پیش کیتا 7 سال بعد بیٹے نہ ملاقات دی اجازت ملی ہے کھلونے لے کے نہیں جا رہا ہے کوئی پھل فروٹ لے کے نہیں جا رہا ہے بیٹے واسطے کی حکم ہے جا کے اپنے بیٹے نو میری راہ اندر قربان کر دے اپنے بیٹے دی گردن تے چھری چلا دے اللہ دے خلیل دیاں قربانیاں اللہ دے خلیل کیسا باپ کیسا جذبہ سی جناب ابراہیم دا اللہ دا قرب حاصل کرنے واسطے نکلے سفر کر دیاں بیٹے نال ملاقات ہوئی ہے تے قرآن نے نقشہ کھینچیا ہے بیٹے نو سامنے بٹھا کے آندے نے یا بنی انی ارا فی المنام اے میرے پتر میں خواب ویکھیا ہے تیرے گردن تے میں چھری چلا رہا تینوں میں ذبح کر رہا فانظر ما ذا ترا دس تیری رائے کی ہے دس تیرا خیال کی ہے جڑے سیانے والدین ہوندے نے عقل مند ماں باپ ہمیشہ اپنی اولاد دی تربیت کردے نے ہمیشہ اپنی اولاد دی ذہن سازی کردے نے اے جیڑیاں ساڈیاں اولاداں بے نماز ہو گئیاں بے دین ہو گئیاں نافرمان ہو گئیاں اودی وجہ اے وے اسی چھوٹی عمر اندر ذہن سازی نہیں کردے باپ دا حق بند ہے اپنی اولاد دی ذہن سازی کرے دینی حوالے نال اپنی اولاد دے ذہن اندر دین دی محبت پیدا کرے جویں دنیا دی محبت واڑنے آں نا چھوٹی جی عمر اندر ہی دنیا دی محبت دی ذہن سازی کرنے آں تے دنیا کمان اندر ماہر ہو جاندا ہے ساڈے معاشرے دی کیفیت کی ہے چھوٹی عمر اندر باپ تربیت کی کردا ہے پتر دھیان نہ پڑھدا ہے جاب مل جائے گی تے 4 دن سوکھا کما لوے گا چھوٹی عمر اندر جتھے اے تربیتاں کردے ہو نا کہ پتر دھیان نہ پڑھیا کر پتر دھیان نہ سکول جایا کر پڑھ لکھ جائے گا تے زندگی سوکھی ہو جائے گی او دے نالو بڑی تربیت اے وے اے تربیت کریا کرو پتر نماز پڑھیا کر اللہ دنیا آخرت سدھی کر دے گا اے ذہن سازی کرو پتر اللہ دے حکم تے عمل کریا کر پتر اللہ دی راہ اندر قربانیاں پیش کریا کر اے جذبے پیدا کرو خرچ کر دیو صدقہ کر دیو اولاد چھوٹی ہوئے انہاں دے ہاتھ اندر پیسے دیو لے پتر اللہ دی راہ اندر خرچ کر لے پتر مسجد دے نال تعاون کر لے پتر فلاں غریب دی مدد کر اے تربیت اے ذہن سازی اللہ دے خلیل نے کیتی ہے کتنا بڑا حکم سی آکے آئے میرے پتر میں ویکھیا تینوں ذبح کر رہا دس تیری رائے کی ہے تے دسیا اے وے اتنا بڑا حکم وی جدوں ذہن سازی کر کرو گے تے تہاڈی پتر تہاڈی اولاد تہاڈے سامنے اکھا نہیں چکے گی جدوں اسی ذہن سازی نہیں نہ کردے مسلط ہو جاندے ہاں پھر اولاد باغی ہوندی ہے پھر ماں باپ دے اگے اکھا کر دیے ذہن سازی کرو تربیت کرو ہاں کسے حد تک سختی بھی کرو تے اولاد فرما بردار ہوئے گی جدوں میرے ابراہیم نے ذہن سازی کیتی ہے تے پتر آندا ساتا جی دونی انشاءاللہ من الصابرین ابا جی جو حکم ہویا کر گزرو میں صبر کر کے وکھاواں گا اے بے کردار اللہ اکبر نکل گئے نے جناب ابراہیم قربان کرنے واسطے فلما اسلما وتلہ للجبین فرمایا جدو دوویں فرما بردار ہو گئے باپ ذبح کرنے واسطے تیار ہو گیا بیٹا ذبح ہون واسطے تیار ہو گیا وتلہ للجبین تے باپ نے کن پٹی دے بل لٹا لیا پیشانی دے بل نہیں کن پٹی دے بل جبین اے کن پٹی نو کیا جاندا ہے پیشانی دی سجی سائڈ یا کھبی سائڈ جویں اسی جانور نو لٹانے ہاں کن پٹی دے بل لٹایا
ਸਭਾ ਕਰਨ ਲੱਗੇ ਨੇ ਤੇ ਆਸਮਾਨ ਤੋਂ ਆਵਾਜ਼ ਆ ਜਾਂਦੀ ਹੈ, ਕਦ ਸਦਕ ਤਰ ਰੋਇਆ, ਇਹ ਮੇਰੇ ਇਬਰਾਹੀਮ ਬਸ ਕਰ, ਤੂੰ ਤੇ ਖਾਬ ਨੂੰ ਵੀ ਸੱਚਾ ਕਰ ਵਿਖਾਇਆ। ਜਨਾਬੇ ਜਬਰੀਲ ਨੂੰ ਅੱਲਾ ਨੇ ਇੱਕ ਸਿੰਘਾਂ ਵਾਲਾ ਛਤਰਾ ਦੇ ਕੇ ਭੇਜਿਆ। ਮੁਸਨਦ ਅਹਿਮਦ ਅੰਦਰ ਰਿਵਾਇਤ ਮੌਜੂਦ ਹੈ, ਸਿੰਘਾਂ ਵਾਲਾ ਛਤਰਾ ਆਇਆ, ਫਰਮਾਇਆ ਮੇਰੇ ਖਲੀਲ ਆਪਣੇ ਬੇਟੇ ਨੂੰ ਉਠਾ ਦਿਓ, ਇਹ ਛਤਰਾ ਲਟਾ ਦਿਓ, ਇਹਦੀ ਗਰਦਨ ਤੇ ਛੁਰੀ ਚਲਾ ਦਿਓ, ਮੈਂ ਰੱਬ ਤੁਹਾਨੂੰ ਬੇਟਾ ਕੁਰਬਾਨ ਕਰਨ ਜਿੰਨਾ ਸਵਾਬ ਅਤਾ ਕਰ ਦੇਵਾਂਗਾ। ਅਖੀਰ ਕਰ ਦਿੱਤੀ ਹੈ ਕੁਰਬਾਨੀਆਂ ਦੀ, ਜਦੋਂ ਇਸ ਹੱਦ ਤੱਕ ਮੇਰੇ ਇਬਰਾਹੀਮ ਨੇ ਕੁਰਬਾਨੀਆਂ ਪੇਸ਼ ਕੀਤੀਆਂ ਨੇ ਨਾ, ਫਿਰ ਅੱਲਾ ਨੇ ਇਨਾਮਾਤ ਦੀਆਂ ਕਿੰਨੀਆਂ ਬਾਰਿਸ਼ਾਂ ਕੀਤੀਆਂ। ਕੁਰਾਨ ਐਲਾਨ ਕਰਦਾ ਫਰਮਾਇਆ ਇਨਾ ਹਾਜ਼ਾ ਲਹੂ ਅਲ ਬਲਾਉਲ ਮੁਬੀਨ, ਇਹ ਮੇਰੇ ਇਬਰਾਹੀਮ ਇਹਦੇ ਅੰਦਰ ਬੜੀ ਵੱਡੀ ਕੁਰਬਾਨੀ ਸੀ, ਬੜੀ ਵੱਡੀ ਅਜ਼ਮਾਇਸ਼ ਸੀ, ਪਰ ਤੁਸੀਂ ਕਾਮਯਾਬ ਹੋ ਗਏ ਹੋ। ਵਫਦੈਨਾਹੂ ਬਿਜ਼ਬਹਿਨ ਅਜ਼ੀਮ, ਅਸਾਂ ਇਹਦਾ ਫਿਦੀਆ ਦਿੱਤਾ ਹੈ, ਇੱਕ ਬਹੁਤ ਬੜਾ ਅਜ਼ੀਮ ਜ਼ਬੀਹਾ ਦੇ ਦਿੱਤਾ ਹੈ, ਇਸ ਛਤਰੇ ਨੂੰ ਜ਼ਬਾਹ ਕਰ ਦਿਓ। ਵਤਰਕਨਾ ਅਲੈਹਿ ਫਿਲ ਆਖਿਰੀਨ, ਇਬਰਾਹੀਮ ਕੁਰਬਾਨੀ ਇੰਨੀ ਪਸੰਦ ਆਈ ਹੈ, ਕਿਆਮਤ ਦੀਆਂ ਕੰਧਾਂ ਤੱਕ ਮੈਂ ਲੋਕਾਂ ਅੰਦਰ ਇਹ ਕੁਰਬਾਨੀ ਨੂੰ ਰਾਇਜੀ ਕਰ ਦੇਵਾਂਗਾ। ਕਿਆਮਤ ਦੀਆਂ ਕੰਧਾਂ ਤੱਕ ਕੁਰਬਾਨੀ ਹੁੰਦੀ ਰਹਿ ਗਈ, ਤੇ ਤੁਹਾਡੀ ਇਸ ਦਾਸਤਾਨ ਦਾ ਜ਼ਿਕਰ ਹੁੰਦਾ ਰਹੇਗਾ। ਸਲਾਮੁਨ ਅਲਾ ਇਬਰਾਹੀਮ, ਮੇਰੇ ਇਬਰਾਹੀਮ ਕੁਰਬਾਨੀਆਂ ਦੀ ਇੰਤਹਾ ਕਰ ਦਿੱਤੀ ਆ, ਮੈਂ ਰੱਬ ਵੀ ਤੇਰੀਆਂ ਕੁਰਬਾਨੀਆਂ ਦੀ ਵਜ੍ਹਾ ਤੋਂ ਤੈਨੂੰ ਸਲਾਮ ਪੇਸ਼ ਕਰਨਾ ਵਾ। ਹੈ ਨੇ ਕੁਰਬਾਨੀਆਂ, ਤੇ ਮੇਰੇ ਪੈਗੰਬਰ ਅਲੈਹਿ ਸਲਾਮ ਨੇ ਵੀ ਫਿਰ ਅਖੀਰ ਕੁਰਬਾਨੀਆਂ ਕੀਤੀਆਂ। ਵਾਤਾ ਰੱਖਣਾ ਲਈ ਫਿਲ ਆਖਿਰੀਨ, ਆਪਨੇ ਕਿਸ ਕਦਰ ਕੁਰਬਾਨੀ ਨਾਲ ਮੁਹੱਬਤ ਕਰਕੇ ਦਿਖਾਈ। ਸਾਲ ਬਾਅਦ ਤੇ ਜਿਹੜੀਆਂ ਕੁਰਬਾਨੀਆਂ ਆਪ ਕਰਦੇ ਸਨ ਨਾ, ਤੁਸੀਂ ਪਿੱਛੇ ਵੀ ਸਮਾਤ ਫਰਮਾ ਚੁੱਕੇ ਹੋ ਕਿ ਕਿਵੇਂ ਨਬੀ ਅਲੈਹਿ ਸਲਾਮ ਹਰ ਸਾਲ ਕੁਰਬਾਨੀਆਂ ਕਰਦੇ ਗੁਰਬਤ ਦੇ ਬਾਵਜੂਦ, ਫਿਰ ਨਬੀ ਅਲੈਹਿ ਸਲਾਮ ਤੋਂ ਸਲਾਮ ਮੱਕਾ ਮੁਕਰਮਾ ਅੰਦਰ ਕੁਰਬਾਨੀਆਂ ਰਵਾਨਾ ਕਰਦੇ। ਮੈਂ ਸਹੀ ਉਲ ਬੁਖਾਰੀ ਅੰਦਰ ਪੜਿਆ, ਸਿਰਫ ਸਾਲ ਬਾਅਦ ਹੀ ਨਹੀਂ, ਮੌਕੇ ਆਪ ਬਹਾਨਾ ਤਲਾਸ਼ ਕਰਦੇ ਅੱਲਾ ਦੀ ਰਾਹ ਅੰਦਰ ਜਾਨਵਰ ਕੁਰਬਾਨ ਕਰਨ ਦਾ। ਕਿੰਨਾ ਪਿਆਰ ਕੀਤਾ, ਕਿੰਨੀ ਮੁਨਾਸਬਤ, ਕਿੰਨੀ ਮੁਸ਼ਾਵਤ ਇਖਤਿਆਰ ਕਰਕੇ ਵਿਖਾਈ ਹੈ, ਕਿੰਨਾ ਪਿਆਰ ਕੀਤਾ ਜਨਾਬ ਇਬਰਾਹੀਮ ਦੀਆਂ ਕੁਰਬਾਨੀਆਂ ਨਾਲ। ਨਬੀ ਅਲੈਹਿ ਸਲਾਤੁ ਵਸਲਾਮ ਊਂਟ ਵੀ ਮੱਕਾ ਮੁਕਰਮਾ ਅੰਦਰ ਭੇਜਦੇ, ਹੱਤਾ ਕਿ ਮੈਂ ਬੁਖਾਰੀ ਅੰਦਰ ਪੜਿਆ, ਇੱਕ ਦਫਾ ਮੇਰੇ ਪੈਗੰਬਰ ਨੇ ਪੂਰੀਆਂ ਬੱਕਰੀਆਂ ਦਾ ਰੇਵੜ ਹੀ ਮੱਕਾ ਮੁਕਰਮਾ ਅੰਦਰ ਕੁਰਬਾਨ ਵਾਸਤੇ ਭੇਜ ਦਿੱਤਾ। ਬੱਕਰੀਆਂ ਦਾ ਰੇਵੜ, ਇਤਨੀਆਂ ਕੁਰਬਾਨੀਆਂ, ਫਿਰ ਇਸ ਕਦਰ ਆਪ ਕੁਰਬਾਨੀ ਦੀ ਤਰਗੀਬ ਦਿੰਦੇ ਕਿ ਸਹੀ ਉਲ ਬੁਖਾਰੀ ਅੰਦਰ ਹੁਦੈਬੀਆ ਦੇ ਮੌਕੇ ਤੇ ਹਜ਼ਰਤ ਕਾਬ ਬਿਨ ਉਜਰਾ ਬਿਆਨ ਕਰਦੇ ਨੇ, ਮੇਰੇ ਸਿਰ ਅੰਦਰ ਬੜੀਆਂ ਜੂਆਂ ਸਨ ਤੇ ਜੂਆਂ ਡਿੱਗ ਡਿੱਗ ਕੇ ਮੇਰੇ ਚਿਹਰੇ ਤੇ, ਮੇਰੇ ਕੰਧਿਆਂ ਤੇ, ਮੇਰੇ ਸੀਨੇ ਤੇ, ਬੜੀ ਤਕਲੀਫ। ਜੱਗਾਂ ਦੇ ਪੀਰ ਫਰਨ ਨੇ ਵੇਖਿਆ, ਆ ਫਰਮਾਉਂਦੇ ਨੇ ਯੂਸੀ ਕਾ ਹਵਾ ਮੁਕਾ, ਐ ਕਾਬ ਕਿਆ ਤੇਰੀਆਂ ਜੂਆਂ ਤੈਨੂੰ ਤੰਗ ਪਈਆਂ ਕਰਦੀਆਂ ਨੇ, ਤਕਲੀਫ ਦੇ ਰਹੀਆਂ ਨੇ। ਅੱਲਾਹ ਦੇ ਨਬੀ ਜੀ ਬੜੀ ਤਕਲੀਫ ਹੈ, ਸਰ ਜਿਹੜਾ ਨਾ ਉਹ ਹਲਕਾ ਹੋ ਗਿਆ, ਕਮਜ਼ੋਰ ਹੋ ਗਿਆ ਇਹਨਾਂ ਜੂਆਂ ਦੀ ਵਜ੍ਹਾ ਤੋਂ। ਆ ਫਰਮਾਉਂਦੇ ਨੇ ਹਰਾਮ ਪਹਿਨੇ ਆ, ਉਮਰੇ ਤੋਂ ਪਹਿਲਾਂ ਟਿੰਡ ਤੇ ਨਹੀਂ ਕਰਵਾ ਸਕਦਾ, ਪਰ ਤੈਨੂੰ ਸਿਰ ਦੀ ਤਕਲੀਫ ਹੈ, ਕਿਆ ਤੇਰੇ ਕੋਲ ਕੋਈ ਜਾਨਵਰ ਬੱਕਰੀ ਮੌਜੂਦ ਹੈ ਜਿਹੜੀ ਕੁਰਬਾਨ ਕਰ ਸਕਣਾ ਹੈ? ਨਹੀਂ ਅੱਲਾਹ ਦੇ ਨਬੀ, ਬੱਕਰੀ ਤੇ ਕੋਈ ਨਹੀਂ, ਤਾਕਤ ਕੋਈ ਨਹੀਂ ਬੱਕਰੀ ਕੁਰਬਾਨ ਕਰਨ ਦੀ। ਫਰਮਾਇਆ ਅੱਛਾ, ਇਹਰਾਮ ਨਾ ਖੋਲ ਤੇ ਉਮਰੇ ਤੋਂ ਪਹਿਲਾਂ ਤੂੰ ਸਰ ਮੁੰਡਾ ਦੇ, 3 ਰੋਜ਼ੇ ਰੱਖ ਲੈ ਜਾਂ 6 ਮਿਸਕੀਨਾਂ ਨੂੰ ਖਾਣਾ ਖਿਲਾ ਦੇ। ਹੁਣ ਨਬੀ ਅਲੈਹਿ ਸਲਾਮ ਨੇ ਇਹਨਾਂ ਕਫਾਰੇ ਦੇ ਵਿੱਚੋਂ ਇੱਕ ਕਫਾਰਾ, ਪਹਿਲੀ ਗੱਲ ਕੀ ਪੁੱਛੀ ਹੈ ਕਿ ਕੁਰਬਾਨੀ ਦੇ ਸਕਣਾ? ਕੁਰਬਾਨੀ ਦੇ ਲੈ ਤੇ ਸਿਰ ਮੁੰਡਾ ਲੈ, ਅੱਲਾ ਤੇਰਾ ਇਹ ਗੁਨਾਹ ਮਾਫ ਕਰ ਦੇਣਗੇ। ਆਪਨੇ ਕਿਸ ਕਦਰ ਕੁਰਬਾਨੀਆਂ ਨਾਲ ਪਿਆਰ ਕੀਤਾ, ਫਿਰ ਇਸ ਕਦਰ ਪਿਆਰ। ਨਬੀ ਅਲੈਹਿ ਸਲਾਤੁ ਵਸਲਾਮ ਹਜਾਤੁਲ ਵਦਾ ਦੇ ਮੌਕੇ ਤੇ ਆਪਨੇ 100 ਊਂਟ ਨਾਲ ਕੀ ਆਪਣੀ ਜੇਬ ਦੇ ਵਿੱਚੋਂ 100 ਊਂਟ, ਕਰੋੜਾਂ ਰੁਪਿਆ ਬਣਦਾ ਜਿਹੜਾ ਅੱਜ ਆਉਂਦਾ ਨਾ, ਉਹ ਵੇਖੋ ਜੀ 1-2 ਲੱਖ ਲਾਣ ਦੀ ਕੀ ਲੋੜ ਹੈ, ਗਰੀਬਾਂ ਚ ਵੰਡ ਦਿਓ। ਉਹ ਨਬੀ ਅਲੈਹਿ ਸਲਾਤੁ ਵਸਲਾਮ ਦੇ ਅਮਲ ਤੇ ਹਮਲਾ ਕਰ ਰਹੇ ਹੈ। ਆਪ ਦੇ ਦੌਰ ਅੰਦਰ ਵੀ ਗਰੀਬ ਬੜੇ ਸਨ, ਪਰ ਆਪਨੇ ਕੁਰਬਾਨੀ ਕਰਕੇ ਵਿਖਾਈ, ਔਰ ਕਰੋੜਾਂ ਰੁਪਿਆ ਦੀ ਕੁਰਬਾਨੀ ਕਰਨਾ ਵੀ ਕੋਈ ਫਜ਼ੂਲ ਖਰਚੀ ਨਹੀਂ, ਬਲਕਿ ਗਰੀਬਾਂ ਦੀ ਅਸਲ ਹਮਦਰਦੀ ਹੈ। 100 ਊਂਟ ਨਾਲ ਕੀਤਾ ਤੇ ਫਿਰ ਵੀ ਜਜ਼ਬਾ ਇਤਨਾ ਜਵਾਨ ਹੈ। ਸਹੀ ਉਲ ਬੁਖਾਰੀ ਦੀ ਹਦੀਸ ਹੈ, ਆਪਣੀਆਂ ਬੀਵੀਆਂ ਦੀ ਤਰਫੋਂ ਹਜਾਤੁਲ ਵਿਦਾ ਦੇ ਮੌਕੇ ਤੇ ਅਲਹਿਦਾ ਗਾਇ ਜ਼ਬਾ ਕਰ ਦਿੱਤੀ, ਉਹਨਾਂ ਵੱਲੋਂ ਅਲਹਿਦਾ ਕੁਰਬਾਨੀ ਕਰ ਦਿੱਤੀ, ਫਿਰ ਇਸ ਕਦਰ ਕੁਰਬਾਨੀਆਂ ਦਾ ਸ਼ੌਕ। ਸਹੀ ਉਲ ਬੁਖਾਰੀ ਅੰਦਰ ਮੈਂ ਪੜਿਆ, ਕਸਮਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਬੈਨਾ ਸਹਾਬੀ ਜ਼ਹਾਇਆ, ਅੱਲਾਹ ਦੇ ਪਾਕ ਪੈਗੰਬਰ ਅਲੈਹਿ ਸਲਾਮ ਆਪਣੇ ਸਹਾਬਾਂ ਅੰਦਰ ਕੁਰਬਾਨੀਆਂ ਤਕਸੀਮ ਕਰਿਆ ਕਰਦੇ। ਤੈਨੂੰ ਗਰੀਬ ਨਾਲ ਹਮਦਰਦੀ ਹੈ, ਨਾ ਕਰ ਆਪਣੇ ਦਰਵਾਜ਼ੇ ਤੇ 10 ਜਾਨਵਰ ਕੁਰਬਾਨ, ਆਪਣੇ ਜਾਨਵਰ ਆਪਣੇ ਦਰਵਾਜ਼ੇ ਤੇ ਜਿੰਨੀਆਂ ਕੁਰਬਾਨ ਕਰ ਸਕਣਾ ਕੁਰਬਾਨ ਕਰ, ਦੀਗਰ ਜਾਨਵਰ ਲੈ ਕੇ ਤੇ ਗਰੀਬਾਂ ਦੇ ਘਰਾਂ ਅੰਦਰ ਪੂਰਾ ਜਾਨਵਰ ਹੀ ਤਕਸੀਮ ਕਰ, ਦੇ ਉਹਨਾਂ ਨੂੰ ਜਾਨਵਰ, ਆਪਣੀ ਮਰਜ਼ੀ ਨਾਲ ਆਪਣੇ ਘਰ ਅੰਦਰ ਕੁਰਬਾਨ ਕਰਨ, ਆਪਣੀ ਮਰਜ਼ੀ ਨਾਲ ਉਹ ਵੀ ਗੋਸ਼ਤ ਖਾਣ, ਉਹ ਵੀ ਤਕਸੀਮ ਕਰਨ। ਇਹ ਵੇ ਗਰੀਬਾਂ ਦੀ ਹਮਦਰਦੀ, ਜਾਨਵਰ ਤਕਸੀਮ ਕੀਤੇ ਜਾਣ ਗਰੀਬਾਂ ਨੂੰ। ਫਿਰ ਨਬੀ ਅਲੈਹਿ ਸਲਾਤੁ ਵਸਲਾਮ ਕਿਸ ਕਦਰ ਕੁਰਬਾਨੀਆਂ ਕਰਦੇ, ਸ਼ੌਕ ਕਿਤਨਾ, ਉਮਰੇ ਤੇ ਕੁਰਬਾਨੀ ਫਰਜ਼ ਨਹੀਂ, ਆਪ ਉਮਰੇ ਤੇ ਵੀ ਕੁਰਬਾਨੀਆਂ ਕਰਦੇ, ਹੁਦੈਬੀਆ ਵਾਲੇ ਸਾਲ ਕੁਰਬਾਨੀਆਂ ਨਾਲ ਲੈ ਕੇ ਗਏ। ਹੱਤਾ ਕਿ ਸੁਨਨ ਨਬੀ ਦਾਊਦ ਅੰਦਰ ਰਿਵਾਇਤ ਮੌਜੂਦ ਹੈ, ਆਪ ਨੂੰ ਇੰਨਾ ਸ਼ੌਕ ਹੁੰਦਾ ਮੁਸ਼ਰਿਕਾਂ ਦੇ ਖਿਲਾਫ ਅੱਲਾ ਦੀ ਤੋਹੀਦ ਦਾ ਨਾਮ ਲੈ ਕੇ, ਅੱਲਾ ਦਾ ਨਾਮ ਲੈ ਕੇ, ਅੱਲਾ ਦੇ
نام تے جانور قربان کرنا. حدیث اندر آندا ابو داؤد اندر آپ حدیبیہ دے موقع تے ابو جہل دا اونٹ وی نال لے کے گیا. وہ جڑا اونٹ بدر اندر مال غنیمت اندر ابو جہل دا کھویا سی نا وہ اونٹ حدیبیہ دے موقع تے نال لے کے گیا کہ جا کے مکے اندر عمرہ کران گے تے انہاں کافراں تے مشرکاں دے سامنے انہاں دے سردار دا اونٹ اللہ دے نام تے قربان کران گے. یغیظ بذالک المشرکین, مشرکاں نوں غصہ چڑھے گا تے مومناں دے دلاں اندر ٹھنڈ پے جاوے گی. قربانی نال تے مشرکاں نوں غصہ چڑھدا ہے, یہ تے مشرکاں دی بولی ہے. قربانی دے خلاف باتاں کرنی اہل ایمان دے تے سینے ٹھنڈے. قدر آپ قربانی نہ پیار کر دے صحابہ اندر بن دے پھر ایسا شوق صحابہ اندر. صحیح البخاری اندر ہے حضرت ابو امامہ فرماندے نے کنا نسمن الاضحیہ بالمدینہ, اسی مدینہ اندر باقاعدہ قربانی دے جانور پالیا کردے سن شوق نال ذوق نال. وکان المسلمون یسمنون, تے مسلمان وی مدینے اندر قربانیاں پال دے ذوق شوق نال قربانیاں کردے. میرے ابراہیم نے بھی پورے ذوق شوق نال قربانی پیش کیتی ہے, میرے پیغمبر علیہ السلام نے بھی قربانیاں کرن اندر انتہا کر دیتی ہے. تو اس واسطے جنہوں اللہ نے طاقت دیتی ہے وہ تے قربانی کرنا فرض ہے. کسی نہ کسی انداز نال ضرور کوشش کرو, دعاواں کرو, جذبے پیدا کرو, ایسے شوق دا اظہار کرو. جے نہیں وی تواڈے کو طاقت اللہ دو دن اندر بغیر اسباب تو ایسے اسباب مہیا کر دے تانوں اللہ طاقت دے دے وے, کم از کم چھوٹا جانور کرو یا کم از کم حصہ ضرور پاؤ. باقی بڑا جانور کرو, بکرے کرو, چھترے کرو, ویڑے کرو, اونٹ کرو, جنہیں اللہ نے طاقت دیتی ہے زیادہ تو زیادہ اللہ دی راہ اندر قربانیاں کرو. بے عیب جانور قربان کرو, وہ دے اندر عیب نہیں ہونے چاہیے. جویں میں دس چکے ہاں چھ قسم دے عیب نے. لنگڑا نہ ہوئے جدا لنگڑا پن واضح ہوئے, کن کٹیا نہ ہوئے, سنگھ ٹوٹیا نہ ہوئے, بیمار نہ ہوئے, ایسا بڈھا نہ ہوئے ہڈیاں چوں میکی ختم ہو گئی ہوئے کہ وہ کمزور ہی کمزور ہوئے, اور ایسا جانور بھی نہ ہوئے جڑا دوندے تو چھوٹی عمر دا ہے, دوندے تو بڑا جانور ہے, چوگا چگا اٹھا, وہ سارے قربانی واسطے جائز نے. اے نبی علیہ الصلوۃ والسلام دا حکم ہے, انہاں شرائط دے نال قربانیاں کرو. انہاں قربانیاں نال اللہ دا قرب حاصل ہوندا ہے, اللہ نال تعلق جڑدا ہے, پھر اللہ سلام پیش کردا ہے, دنیا بھی اللہ برکت والی بنا دیندا ہے, آخرت بھی اللہ رحمت والی بنا دیندا ہے. اللہ صحیح معنی اندر اصلاح کرن دی توفیق عطا فرمائے.